वेलकम दोस्तों, की हाल चाल ने जनाब। तुम वेखते पे अरशद अली टीवी, मैं थोड़ा मेजबान अरशद अली जोईया। जिवें कि जनाब तुहानू पता है कि मैं हर रोज़ जनाब कोशिश करना कि तुहाडे वास्ते नवी तो नवी वीडियो लैके आवां। तो जनाब दो मज्जां दी वीडियो लैके आया, वो तुहानू विखावांगा। आ कैमरामैन साहब झोटी नंबर एक तो शुरू करो। ये जनाब सुनने वाली है, इस झोटी का की हिसाब किताब है, ये सारी गल जनाब कर लाँगे मालक नाल। तो लेने देने जनाब मुकद्दर होंदे ने। अरशद अली टीवी चैनल जनाब तुहानू नीली बार दे ब्रांड विखांदा है। मझ नंबर एक तुम वेखते फिरते जे, ये किनवा सूह सोएगी। ये सारिया गल् करा मालक नाल, कैमरामैन साहब सवार के विखा थली ना। मैं करना मालक नाल गल् विखाओ जी। अस्सलाम अलैकुम जी। वालेकुम सलाम जी। ਆਪਾਂ ਜੀ ਗੱਲ ਇਹ ਵੀ ਝੋਟੀ ਨੰਬਰ ਇੱਕ ਤੋਂ ਸ਼ੁਰੂ ਕਰਨੇ ਆ, ਜਿਹੜੀ ਆ ਕੈਮਰੇ ਵਾਲਾ ਵਿਖਾਈ ਜਾਂਦਾ। ਤੁਸੀਂ ਇਹ ਦੱਸਣਾ ਵੀ ਇਹ ਝੋਟੀ ਸੁਹਣ ਵਾਲੀ ਹੈ ਤੇ ਕਿੰਨਵਾਂ ਸੁਹਾ ਸੁਵੇਗੀ? ਬਾਜਨ ਨੇ ਪਹਿਲਾਂ ਸੁਹਾ ਸੁਣਾ ਹੈ ਤੇ ਸੁਹਣ ਵਾਲੀ ਹਜੇ 10 ਤੋਂ 12 ਦਿਨ ਲੈਂਦੀ ਹੈ। ਅੱਛਾ 10 12 ਦਿਨ ਲੈਂਦੀ ਹੈ ਪਹਿਲਾਂ ਸੁਹਾ ਸੁਵੇਗੀ। ਤੇ ਇਹ ਝੋਟੀ ਦੀ ਆਪਣਾ ਕੋਈ ਮਾੜਾ ਮੋਟਾ ਨਸਲ ਦਾ ਦੱਸੋ। ਬਾਜਨ ਝੋਟੀ ਆਪਣੀ ਨੀਲੀ ਬਾਹਰ ਦੀ ਹੈ ਤੇ 10 ਤੋਂ 12 ਦਿਨ ਸੁਹਣ ਦੇ ਜੇ ਪੈ ਨੇ ਤੇ ਮੂੰਹ ਚ ਚੌਗੀ ਹੈ। ਅੱਛਾ ਮੂੰਹ ਚੌਗੀ ਹੈ ਸੁਬਾ ਸੁਬੇ ਕੀ ਪਹਿਲਾ, ਤੇ ਤੁਸੀਂ ਇਹ ਕਹਿੰਦੇ ਪੈ ਜੇ ਤੇ 10 12 ਦਿਨ ਲੈਂਦੀ ਹੈ। ਹਾਂਜੀ। ਤੇ ਇਹ ਝੋਟੀ ਹੈ ਆਪਣੀ ਨੀਲੀ ਬਾਰ ਦੀ। ਹਾਂਜੀ। ਨੀਲੀ ਬਾਰ ਦੀਆਂ ਚੰਦ ਕੋ ਨਿਸ਼ਾਨੀਆਂ ਵੀ ਦੱਸ ਦੇ ਤਾਂ ਕਿ ਬੇਲੀਆਂ ਨੂੰ ਪਤਾ ਲੱਗੇ। ਨੀਲੀ ਬਾਰ ਦੀਆਂ ਨਿਸ਼ਾਨੀਆਂ ਇਹ ਨੇ ਜੀ, ਝੋਟੀ ਨੂੰ ਰੋਗ ਰੋਗ ਦਾ ਥਣ ਲੱਗਿਆ ਹੋਇਆ, ਫੁੱਟ ਫੁੱਟ ਦੀ ਮਾਸ਼ਾਅੱਲਾ ਵਿਰਲੇ ਜੀ ਸਿਰ। ਝੋਟੀ ਨੇ ਵੇਖੋ ਮੋੜ ਤੇ ਖੁੱਤੀ ਦੇ ਵਿੱਚ ਲਾਇਆ, ਪਹਿਲਾਂ ਝੋਟੀ ਉਹ ਤੇ ਕੱਦ ਸ਼ਾਨ ਮਾਸ਼ਾਅੱਲਾ ਬਰੀਕ ਚਮੜੀ ਝੋਟੀ ਦੀ, ਆ ਵੇਖੋ ਪਸਲੀਆਂ ਨਜ਼ਰ ਆਉਂਦੀਆਂ ਪਈਆਂ ਨੇ, ਇਵੇਂ ਜਿਵੇਂ ਪਿੰਡਾ ਰੇਸ਼ਮ ਦਾ ਬਣਿਆ ਹੋਇਆ ਜੀ। ਇੱਕ ਅੱਡੀ ਆਪਣੀ ਝੋਟੀ ਹੈ, ਚੱਪਾ ਚੱਪਾ ਝੋਟੀ ਤੇ ਪਸ਼ਮ ਆ, ਵੇਖ ਲਓ ਪਸ਼ਮ ਨਜ਼ਰ ਆਉਂਦੀ ਪਈ, ਕਿਧਰੋਂ ਵੀ ਜਿਸਮ ਖਾਲੀ ਨਹੀਂ ਹੈਗਾ, ਝੋਟੀ ਦੀ ਪਸ਼ਮ ਨਜ਼ਰ ਆ ਰਹੀ ਥਣ ਮਾਸ਼ਾਅੱਲਾ। ਵੇਖ ਲਓ ਪਹਿਲਾਂ ਝੋਟੀ ਉਹ ਤਾਂ ਰੋਕ ਰੋਕ ਦਾ ਥਣ ਲੱਗਾ, ਚੱਡਾ ਦੁਨੀ ਤੋਂ ਲੈ ਕੇ ਸੂਹ ਤੁਹਾਡੀ ਝੋਟੀ ਕੋਈ ਚੱਡਾ ਹੈ ਤਾਂ ਅਜੇ 10 ਤੋਂ 12 ਦਿਨ ਲੈਂਦੀ ਹੈ, ਮਜ਼ੀਦ ਅਜੇ ਹੋਰ ਵੀ ਚੱਡਾ ਵਧਾ ਜਾ ਸੀ। ਠੀਕ ਹੋ ਗਿਆ ਜੀ, ਯਾਨੀ ਕਿ 10 12 ਦਿਨ ਲੈਂਦੀ, ਦੱਸਾਂ 12 ਦਿਨਾਂ ਵਿੱਚ ਤੁਸੀਂ ਕਹਿੰਦੇ ਪੈ ਜੇ ਕਿ ਭਾਜੀ ਹੋਰ ਵੀ ਬਣੇਗੀ? ਹਾਂਜੀ ਹੋਰ ਵੀ ਬਣੇਗੀ। ਇਹ ਸਵੇਰ ਸਵੇਰ ਜੀ ਇਹ ਪਹਿਲਾ ਠੀਕ ਹੋ ਗਿਆ ਜੀ। ਹਾਂਜੀ, ਇਹ ਝੋਟੀ ਦੇ ਫਾਈਨਲ ਜੇ ਪੈਸੇ ਦੱਸ ਰਹੇ ਨੇ। ਝੋਟੀ ਦੇ ਜੀ ਮੰਗਣ ਨੂੰ ਭਾਵੇਂ ਆਪਾਂ 3 ਲੱਖ ਮੰਗ ਲਈਏ, ਲੇਕਿਨ ਨਹੀਂ ਆਪਾਂ ਜਿਹੜੇ ਲੈਣੇ ਨੇ ਉਹ ਪੈਸੇ ਮੰਗਾਂਗੇ ਜੀ। ਆਪਾਂ ਇਹਨਾਂ ਲੈਣਾ 2,55,000 ਰੁਪਈਆ ਜੀ। 2,55,000 ਰੁਪਈਆ, ਇਹਦੇ ਵਿੱਚ ਆਪਾਂ ਕੁਝ ਪਿਆਰ ਮੁਹੱਬਤ ਕਰਨਾ? ਪਿਆਰ ਮੁਹੱਬਤ ਕਰ ਲਵਾਂਗੇ ਜੀ। ਠੀਕ ਹੋ ਗਿਆ ਜੀ। ਆ ਕੈਮਰਾਮੈਨ ਸਾਹਿਬ ਸਵਾਰ ਕਹਿੰਦੇ ਵਿਖਾਓ ਅੱਡੀਆਂ ਕਾਠਾਂ ਖਾਣ ਤੋਂ ਅਰਸ਼ਾ, ਤਾਂ ਕਿ ਬੇਲੀਆਂ ਸਜਣਾ ਨੂੰ ਪਤਾ ਲੱਗੇ ਵੀ ਝੋਟੀ ਜਨਾਬ ਕੀ ਸ਼ਾਇਦ ਕੀ ਨਹੀਂ ਹੈ। ਬਾਕੀ ਮੁਕੱਦਰ ਹੁੰਦੇ ਨੇ ਅਰਸ਼ਦ ਅਲੀ ਟੀਵੀ ਚੈਨਲ ਜਨਾਬ ਤੁਹਾਨੂੰ ਨੀਲੀ ਬਾਤ ਦੇ ਬ੍ਰਾਂਡ ਵਿਖਾਂਗਾ। ਤੇ ਆਪਣਾ 2,55,000 ਰੁਪਇਆ ਵਿੱਚ ਤੁਸੀਂ ਕਿਹਾ ਮਾੜਾ ਮੋਟਾ ਪਿਆਰ ਮੁਹੱਬਤ ਕਰ ਲਾਂਗੇ। ਪਿਆਰ ਮੁਹੱਬਤ ਕਰ ਲਾਂ। ਝੋਟੀ ਨੰਬਰ 2 ਤੇ ਵਿਖਾਓ ਕੈਮਰਾਮੈਨ ਸਾਹਿਬ। ਆ ਜਨਾਬ ਝੋਟੀ ਸੂਈ ਹੋਈ ਹੈ, ਇਹ ਕਿੰਨਵਾਂ ਸੁਬਾ ਸੂਈ ਹੈ, ਇਹ ਵੀ ਕਰਾਂਗੇ ਜਨਾਬ ਮਾਲਕ ਨਾਲ ਤੇ ਇਹਦੀ ਤਸੱਲੀ ਨਾਲ ਜਿਹੜਾ ਇਹਨੂੰ ਵਿਖਾਈ ਜਾ ਤੇ ਮੈਂ ਕੀਤੀ ਜਾ ਰਿਹਾ ਮਾਲਕ ਨਾਲ ਗੱਲਾਂ ਇਹਦੀਆਂ। ਅੱਛਾ ਭਾਜੀ, ਆ ਜਿਹੜੀ ਝੋਟੀ ਆਪਣੀ ਇਹ ਦੱਸੋ ਵੀ ਇਹ ਸੂਈ ਹੋਈ ਹੈ ਤੇ ਮਗਰ ਕੀ ਹੈ? ਇਹਦੇ ਮਗਰ ਬਾਜਨ ਕੱਟਾ ਹੈ ਤੇ ਦੂਸਰਾ ਸੁਬਾ ਸੂਈ ਹੈ। ਅੱਛਾ, ਇਹ ਦੂਜਾ ਸੁਬਾ ਸੂਈ ਹੈ, ਮਗਰ ਇਹਦੇ ਕੱਟਾ ਤੁਸੀਂ ਕਹਿੰਦੇ ਪੈ ਜੇ ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਸੂਈ ਨੂੰ ਹੋ ਗਏ ਜੀ 10 ਤੋਂ 12 ਦਿਨ ਜੀ। 10 12 ਦਿਨ ਹੋ ਗਏ ਸੂਈ ਨੂੰ ਮਗਰ ਕੱਟਾ? ਹਾਂਜੀ। ਤੇ ਇਹ 10 12 ਦਿਨਾਂ ਚ ਇਹਦੇ ਜਿਹੜਾ ਹੁਣ ਪੱਕਾ ਦੁੱਧ ਹੈ ਉਹ ਕਿੰਨਾ ਹੈ ਕਰਦੀ ਪਈ ਜੀ? ਦੁੱਧ ਦੱਸਣ ਨੂੰ ਆਪਾਂ 14 ਲੀਟਰ ਦੱਸ ਦਈਏ, 15 ਦੱਸ ਦਈਏ, ਕੱਲ ਨੂੰ ਪੂਰਾ ਨਾ ਹੋਵੇ ਤੇ ਪਾਰਟੀ ਤਰਾਸ ਦੇਵੇ, ਅਸੀਂ ਉਸ ਗੱਲ ਦੇ ਰਾਜ਼ੀ ਨਹੀਂ ਹੈ। ਦੁੱਧ ਅਸੀਂ ਜਨ ਮੈਨੂੰ ਉਹ ਦੱਸਾਂਗੇ ਜਿਹੜਾ ਝੋਟੀ ਦਾ 2 ਟਾਈਮ ਆ ਤੇ ਪਾਰਟੀ 'ਚ ਹੋਵੇ ਤੇ ਦੁੱਧ ਮਾਸ਼ਾਅੱਲਾ ਪੂਰਾ ਹੋਵੇ। ਆਪਾਂ ਜੇ ਇਹਦਾ ਠੰਡਾ ਕਰ ਤੇ ਦੁੱਧ 2 ਟਾਈਮਾਂ ਦਾ 12 ਲੀਟਰ ਚੁਆ ਸਕਦੇ ਹਾਂ। ਅੱਛਾ, 2 ਟਾਈਮਾਂ ਦਾ ਠੰਡਾ ਦੁੱਧ ਤੁਸੀਂ ਕਹਿੰਦੇ ਪਏ ਜੇ ਕਿ 12 ਲੀਟਰ ਚੁਆ ਸਕਦੇ? ਹਾਂਜੀ, 12 ਲੀਟਰ ਚੁਆ ਸਕਦੇ। ਥਣਾ 'ਚ ਆਪਣਾ 12 ਲੀਟਰ ਚੁਆਵਾਂਗੇ ਇਹ ਜੀ? ਚੌਂ ਥਣਾ 'ਚ ਜੀ ਬਰਾਬਰ ਅਸੀਂ ਬੱਚਿਆਂ ਨੂੰ ਛੱਡੀਦਾ, ਅਸੀਂ ਕਦੀ ਐਵੇਂ ਨਹੀਂ ਕੀਤਾ ਵੀ ਇੱਕ ਥਣ ਛੱਡਤਾ, ਬਰਾਬਰ ਚੌਂ ਥਣਾ 'ਚ ਦੁੱਧ ਛੱਡੀਦਾ ਜੀ। ਠੀਕ ਹੋ ਗਿਆ, ਯਾਨੀ ਕਿ 4 ਥਣਾਂ 'ਚ ਬੱਚਾ ਲਾ ਦਿੱਤਾ, ਜਦੋਂ ਮੈਂ ਪਸਮੀ ਤੇ ਬੱਚਾ ਸਾਈਡ ਤੇ ਕਰ ਲੈਣਾ ਤੇ ਮੈਂ ਚੋ ਲੈਣੀ। ਹਾਂਜੀ, ਫਿਰ ਮੈਂ ਚੋ ਕੇ ਬਰਾਬਰ ਚੌਂ ਥਣੇ ਦੁੱਧ ਛੱਡ ਦੇਈਦਾ, ਫਿਰ ਥਣ ਵੱਡੇ ਛੋਟੇ ਨਹੀਂ ਹੁੰਦੇ ਜੀ। ਠੀਕ ਹੋ ਗਿਆ ਜੀ। ਸੁਬਾ ਸੂਈਏ ਦੂਸਰਾ, 10 12 ਦਿਨ ਹੋ ਗਏ ਸੂਈ ਨੂੰ, ਠੰਡਾ ਦੁੱਧ ਜਿਹੜਾ ਉਹ ਤੁਸੀਂ ਕਹਿੰਦੇ ਪੈ ਜੇ ਕਹਿੰਦੇ 12 ਲੀਟਰ ਚੁਆਵਾਂਗਾ ਬੱਚੇ ਨੂੰ, ਯਾਨੀ ਕਿ 4 ਥਣ ਛੱਡ ਕੇ। ਹਾਂਜੀ, ਬੱਚੇ ਨੂੰ 4 ਥਣਾਂ 'ਚ ਦੁੱਧ ਬਰਾਬਰ ਛੱਡੀ ਦਾ ਜੀ, ਆਪਾਂ 12 ਲੀਟਰ ਚੁਆਵਾਂਗੇ ਜੀ ਦੁੱਧ। ਠੀਕ ਹੋ ਗਿਆ। ਇਹਦੇ ਹੁਣ ਜਿਹੜੇ ਥਣ ਨੇ ਚਾਰੇ, ਇਹਨਾਂ ਵਿੱਚ ਕੋਈ ਛੱਟਾ ਜਾਂ ਫੁਆਰਾ? ਮਾਝ ਦਾ ਛੱਟਾ ਫੁਆਰਾ ਹੋਵੇ, ਥਣ 'ਚ ਵਾਧਾ ਘਾਟਾ ਹੋਵੇ ਜੀ, ਮਾਝ ਦੇ ਆਪਾਂ ਜ਼ਿੰਮੇਦਾਰ ਹੋਵਾਂਗੇ। ਇੱਥੇ 2 ਟਾਈਮ ਚੋਤ ਲੈ ਜਾਵਣ, ਨਾ ਚੋਤ ਲਿਜਾਵਣ, ਉੱਥੋਂ ਮੈਂ ਵਾਪਸ ਵੇਚ ਦੇਵਣ ਆਪਾਂ, ਮੈਂ ਦਾ ਜਾਵਣ ਆਉਣ ਦਾ ਕਿਰਾਇਆ ਭਰਾਂਗੇ, ਮੈਂ 'ਚ ਕੋਈ ਨੁਕਸ ਹੋਵੇ ਤਾਂ ਜੀ। ਠੀਕ ਹੋ ਗਿਆ ਜੀ। ਤੇ ਆਹ ਦਾ ਕੱਟਾ ਵੀ ਵਿਖਾ ਦਿਆ ਜੀ। ਇਹ ਮੱਝ ਜਨਾਬ ਦੂਸਰਾ ਸੁਬਾ ਸੂਈਏ, 12 ਲੀਟਰ ਠੰਡਾ ਦੁੱਧ ਦੇਣ ਦੇ ਮਗਰ ਏ, ਤੇ 12 ਦਿਨ 10 12 ਦਿਨ ਹੋ ਗਏ ਇਹਨੂੰ ਸੂਈ ਨੂੰ, ਤੇ ਮਗਰ ਇਹਦੇ ਕੱਟਾ ਜਨਾਬ, ਥਣ ਛੱਡੇ ਦੀ ਗਰੰਟੀ ਹੋਵੇਗੀ, ਕੋਈ ਕਿਸੇ ਕਿਸਮ ਦਾ ਨੁਕਸ ਹੋਇਆ ਉਹ ਜਨਾਬ ਗਰੰਟੀ ਅਰਸ਼ਦ ਅਲੀ ਟੀਵੀ ਚੈਨਲ ਤੁਹਾਨੂੰ ਦੇਗਾ।
ਤੇ ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਤੇ ਇਸ ਭਾਜੀ ਝੋਟੀ ਤੇ ਗੱਲ ਇਹ ਵੀ ਇਹਦੇ ਵੀ ਹੁਣ ਫਾਈਨਲ ਜੇ ਪੈਸੇ ਦੱਸੋ ਇਹਦਾ ਜੀ ਫਾਈਨਲ ਆਪਾਂ ਲੈਣਾ 2,20,000 ਰੁਪਇਆ ਜੀ 2,20,000 ਰੁਪਇਆ ਇਹਦੇ ਵਿੱਚ ਆਪਾਂ ਪਿਆਰ ਮੁਹੱਬਤ ਕੋ ਮਾੜਾ ਮੋਟਾ ਪਾ ਕਰ ਲਵਾਂਗੇ ਇਹਦੇ 'ਚ ਵੀ ਪਿਆਰ ਮੁਹੱਬਤ ਠੀਕ ਹੋ ਗਿਆ ਜੀ ਤੇ ਆਖਰੀ ਵਾਰੀ ਦੋਵੇਂ ਮੱਝਾਂ ਵਿਖਾ ਦੇ ਨੰਬਰ ਹੈ ਜਨਾਬ ਮੇਰਾ 0372927 0300 7 28 ਜਨਾਬ ਮੇਰੇ ਵਟਸਐਪ ਤੇ ਈਮੋ ਦਾ ਨੰਬਰ ਹੁੰਦਾ ਹੈ ਇਸ ਨੰਬਰ ਤੇ ਜਨਾਬ ਤੁਸੀਂ ਕਰਨੀ ਹੈ ਕਾਲ ਇਹ ਜਨਾਬ ਦੋਵੇਂ ਝੋਟੀਆਂ ਰੋਕਾਂਗਾ ਤੇ ਦੋਸਤੋ ਉਮੀਦ ਕਰਾਂਗਾ ਜਨਾਬ ਕਿ ਮੇਰੀ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਜਨਾਬ ਤੁਹਾਨੂੰ ਪਸੰਦ ਆਵੇਗੀ ਮਿਲਾਂਗੇ ਜਨਾਬ ਅਗਲੀ ਵੀਡੀਓ 'ਤੇ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ